ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾ ਰਹੀਆਂ ਸੀ ਇਹ ਤਿੰਨ ਔਰਤਾਂ। ਪੁਲਿਸ ਨੇ ਨਾਕਾ ਲਾ ਕੇ ਤਿੰਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ। 5,22,000 ਦੀ ਡਰੱਗ ਮਨੀ ਤੇ ਹੈਰੋਇਨ ਕੀਤੀ ਗਈ ਬਰਾਮਦ। ਦੱਸਦੀ ਕਿ ਪੰਜਾਬ ਦੇ ਵਿੱਚ ਜਿੱਥੇ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ, ਉੱਥੇ ਹੀ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਇਸ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿੱਥੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਨਾਕੇਬੰਦੀ ਕਰਕੇ ਤਿੰਨ ਔਰਤਾਂ ਨੂੰ ਕਾਬੂ ਕੀਤਾ ਗਿਆ ਤੇ ਜਦੋਂ ਇਹਨਾਂ ਦੇ ਕੋਲੋਂ ਤਲਾਸ਼ੀ ਲਈ ਗਈ ਤਾਂ ਇੱਕ ਔਰਤ ਦੇ ਕੋਲ 10 ਗ੍ਰਾਮ ਹੈਰੋਇਨ ਅਤੇ ਦੂਸਰੀ ਔਰਤ ਦੇ ਕੋਲ 15 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਤੇ ਇਸ ਦੇ ਨਾਲ ਹੀ ਇੱਕ ਹੋਰ ਥਾਂ ਦੇ ਉੱਤੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਦੋਂ ਨਾਕੇਬੰਦੀ ਕੀਤੀ ਤਾਂ ਉੱਥੇ ਵੀ ਇੱਕ ਔਰਤ ਤੋਂ 525 ਗ੍ਰਾਮ ਹੈਰੋਇਨ ਦੇ ਨਾਲ ਨਾਲ 5,22,000 ਰੁਪਏ ਦੀ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ। ਤਾਂ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ, ਜਿੱਥੇ ਕਿ ਤਿੰਨ ਔਰਤਾਂ ਨੂੰ ਨਸ਼ਾ ਤਸਕਰੀ ਕਰਦੇ ਹੋਏ ਸ਼ਰੇਆਮ ਕਾਬੂ ਕੀਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਜ ਕੀਤੇ ਕਾਹਦੇ ਸੰਬੰਧ 'ਚ ਕੀ ਮੁਕੱਦਮੇ ਹੈ ਜੀ? ਇਹ ਜੀ ਡਰੱਗਸ ਹੈਗੇ, ਇਸ ਜਿਹੜੀ ਕੰਪੇਨ ਚਲਾਈ ਗਈ ਹੈ ਮਾਨਯੋਗ SSP ਸਾਹਿਬ ਦੀ ਗਾਈਡਲਾਈਨਸ, ਉਹਦੇ ਵਿੱਚ ਅਸੀਂ ਸੋਰਸਿਸ ਲਗਾਏ ਸੀ। ਜਿਸ ਤਰ੍ਹਾਂ ਸਾਡੇ ਇੱਥੇ ਗੰਨਾ ਪਿੰਡ ਆ, ਗੰਨਾ ਪਿੰਡ ਤੋਂ ਅਲੱਗ ਅਲੱਗ ਜਿਹੜੇ ਡਰੱਗਸ ਨਾਲ ਰਿਲੇਟਡ ਕੰਮ ਕਰਦੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਲੈ ਕੇ ਅਸੀਂ ਅਲੱਗ ਅਲੱਗ ਕੇਸਾਂ ਦੇ ਵਿੱਚ 3 ਕੇਸ ਦਰਜ ਕੀਤੇ ਗਏ ਆ ਔਰ 3 ਕੇਸਾਂ ਦੇ ਵਿੱਚ ਰਿਕਵਰੀ ਹੋਈ ਆ। ਜਿਹੜੀ ਇੱਕ ਕਵਿਤਾ ਖੱਪ ਹੈ ਲੇਡੀ, ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਆ ਔਰ ਇੱਕ ਅਨੀਤਾ ਆ, ਅਨੀਤਾ ਗੰਨਾ ਪਿੰਡ ਦੀ ਆ, ਉਹਦੇ ਕੋਲੋਂ 15 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਆ ਔਰ ਇੱਕ ਅਮਰਜੀਤ ਜੀਤਾ ਨਾਂ ਦੀ ਲੇਡੀ ਆ, ਉਹਦੇ ਕੋਲੋਂ ਅਸੀਂ 500 ਗ੍ਰਾਮ ਹੈਰੋਇਨ ਔਰ 5,22,000 ਰੁਪਏ ਡਰੱਗ ਮਨੀ ਰਿਕਵਰ ਕੀਤੀ ਆ ਔਰ ਇਹਦੇ ਵਿੱਚ ਸਾਡੇ ਕੋਲ ਇਹ ਸਾਰੀਆਂ ਰਿਮਾਂਡ 'ਤੇ ਸੀਗੀਆਂ, ਜਿਹਨਾਂ ਵਿੱਚ ਅਲੱਗ ਅਲੱਗ ਰਿਕਵਰੀ ਹੋਰ ਫਰਦਰ ਜਿਸ ਤਰ੍ਹਾਂ ਇੰਟੈਰੋਗੇਸ਼ਨ ਹੋਏਗੀ ਔਰ ਫਰਦਰ ਰਿਕਵਰੀ ਦੀ। ਸਰ ਕਿੱਥੋਂ ਲਿਆਉਂਦੇ ਸੀ, ਕਿੱਥੇ ਭੇਜਦੇ, ਸਪਲਾਈ ਕਿੱਥੇ ਕਰਦੇ? ਦਿਸ ਇਜ਼ ਅ ਮੈਟਰ ਆਫ ਆਰ ਇਨਵੈਸਟੀਗੇਸ਼ਨ, ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ। ਉਹ ਫਿਰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਫਰਦਰ ਪਤਾ ਲੱਗੇਗਾ ਉਹ ਲੋਕ ਨੋਮੀਨੇਟ ਕਰਕੇ ਉਹਨਾਂ ਕੋਲ ਰਿਕਵਰੀ ਕਰਨ। ਜਿਹੜਾ ਇਹਨਾਂ ਕੋਲ ਕੈਸ਼ ਬਰਾਮਦ ਹੋਇਆ 5,00,000 ਰੁਪਇਆ, ਕਿੱਥੋਂ ਹੋਇਆ, ਕਿੱਥੋਂ ਬਰਾਮਦ ਲਿਆ? ਇਹ ਡਰੱਗਸ ਦੇ ਧੰਦੇ ਵਿੱਚ ਇਨਵੋਲਵ ਨੇ ਕਾਫੀ ਲੰਬੇ ਸਿਰ ਤੋਂ, ਇਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਆ ਔਰ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਰਚੇ ਦਰਜ ਆ ਔਰ ਇਹ ਡਰੱਗ ਮਨੀ ਇਹਨਾਂ ਨੇ ਨਸ਼ੇ ਦਾ ਧੰਦਾ ਕਰਕੇ ਹੀ ਜਿਹੜੀ ਇਹ ਡਰੱਗ ਮਨੀ ਬਣਾਈ ਸੀਗੀ ਤੇ ਉਹ ਅਸੀਂ ਰਿਕਵਰ ਕੀਤੀ। ਇਹਨਾਂ ਨੂੰ ਕਾਬੂ ਕਿਹੜੀ ਜਗ੍ਹਾ ਤੋਂ ਕੀਤਾ? ਜਿਹੜੀ ਇਹ ਗੰਨਾ ਪਿੰਡ ਵਾਲੇ ਅਲੱਗ ਅਲੱਗ ਇਹਨਾਂ ਦੀ, ਕਿਉਂਕਿ 3 ਵਿੱਚ FIR ਦਰਜ ਕੀਤੀ ਆ ਔਰ 3 ਵੱਖ ਵੱਖ ਪਲੇਸ ਆਫ ਅਕਰੈਂਸ ਹੈ ਜੀ। ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾ ਰਹੀਆਂ ਸੀ ਇਹ ਤਿੰਨ ਔਰਤਾਂ। ਪੁਲਿਸ ਨੇ ਨਾਕਾ ਲਾ ਕੇ ਤਿੰਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ। 5,22,000 ਦੀ ਡਰੱਗ ਮਨੀ ਤੇ ਹੈਰੋਇਨ ਕੀਤੀ ਗਈ ਬਰਾਮਦ। ਦੱਸਦੀ ਕਿ ਪੰਜਾਬ ਦੇ ਵਿੱਚ ਜਿੱਥੇ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ, ਉੱਥੇ ਹੀ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਇਸ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿੱਥੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਨਾਕੇਬੰਦੀ ਕਰਕੇ ਤਿੰਨ ਔਰਤਾਂ ਨੂੰ ਕਾਬੂ ਕੀਤਾ ਗਿਆ ਤੇ ਜਦੋਂ ਇਹਨਾਂ ਦੇ ਕੋਲੋਂ ਤਲਾਸ਼ੀ ਲਈ ਗਈ ਤਾਂ ਇੱਕ ਔਰਤ ਦੇ ਕੋਲ 10 ਗ੍ਰਾਮ ਹੈਰੋਇਨ ਅਤੇ ਦੂਸਰੀ ਔਰਤ ਦੇ ਕੋਲ 15 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਤੇ ਇਸ ਦੇ ਨਾਲ ਹੀ ਇੱਕ ਹੋਰ ਥਾਂ ਦੇ ਉੱਤੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਦੋਂ ਨਾਕੇਬੰਦੀ ਕੀਤੀ ਤਾਂ ਉੱਥੇ ਵੀ ਇੱਕ ਔਰਤ ਤੋਂ 525 ਗ੍ਰਾਮ ਹੈਰੋਇਨ ਦੇ ਨਾਲ ਨਾਲ 5,22,000 ਰੁਪਏ ਦੀ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ। ਤਾਂ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ, ਜਿੱਥੇ ਕਿ ਤਿੰਨ ਔਰਤਾਂ ਨੂੰ ਨਸ਼ਾ ਤਸਕਰੀ ਕਰਦੇ ਹੋਏ ਸ਼ਰੇਆਮ ਕਾਬੂ ਕੀਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦਰਜ ਕੀਤੇ ਕਾਹਦੇ ਸੰਬੰਧ 'ਚ ਕੀ ਮੁਕੱਦਮੇ ਆ ਜੀ? ਇਹ ਜੀ ਡਰੱਗਸ ਦੇ ਅਗੇਂਸਟ ਜਿਹੜੀ ਕੰਪੇਨ ਚਲਾਈ ਗਈ ਹੈ ਮਾਨਯੋਗ SSP ਸਾਹਿਬ ਦੀ ਗਾਈਡਲਾਈਨਸ, ਉਹਦੇ ਵਿੱਚ ਅਸੀਂ ਸੋਰਸਿਸ ਲਗਾਏ ਸੀ ਜਿਸ ਤਰ੍ਹਾਂ ਸਾਡੇ ਇੱਥੇ ਗੰਨਾ ਪਿੰਡ ਆ, ਗੰਨਾ ਪਿੰਡ ਤੋਂ ਅਲੱਗ ਅਲੱਗ ਜਿਹੜੇ ਡਰੱਗਸ ਨਾਲ ਰਿਲੇਟਡ ਕੰਮ ਕਰਦੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਲੈ ਕੇ ਅਸੀਂ ਅਲੱਗ ਅਲੱਗ ਕੇਸਾਂ ਦੇ ਵਿੱਚ 3 ਕੇਸ ਦਰਜ ਕੀਤੇ ਗਏ ਆ ਔਰ 3 ਕੇਸਾਂ ਦੇ ਵਿੱਚ ਰਿਕਵਰੀ ਹੋਈ ਆ। ਜਿਹੜੀ ਇੱਕ ਕਵਿਤਾ ਖੱਪ ਹੈ ਲੇਡੀ, ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਆ ਔਰ ਇੱਕ ਅਨੀਤਾ ਆ, ਅਨੀਤਾ ਗੰਨਾ ਪਿੰਡ ਦੀ ਆ, ਉਹਦੇ ਕੋਲੋਂ 15 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਆ ਔਰ ਇੱਕ ਅਮਰਜੀਤ ਜੀਤਾ ਨਾਂ ਦੀ ਲੇਡੀ ਆ, ਉਹਦੇ ਕੋਲੋਂ ਅਸੀਂ 500 ਗ੍ਰਾਮ ਹੈਰੋਇਨ ਔਰ 5,22,000 ਰੁਪਏ ਡਰੱਗ ਮਨੀ ਰਿਕਵਰ ਕੀਤੀ ਆ ਔਰ ਇਹਦੇ ਵਿੱਚ ਸਾਡੇ ਕੋਲ ਸਾਰੀਆਂ ਰਿਮਾਂਡ 'ਤੇ ਸੀਗੀਆਂ ਜਿਨ੍ਹਾਂ ਵਿੱਚ ਅਲੱਗ ਅਲੱਗ ਰਿਕਵਰੀ ਹੋਰ ਫਰਦਰ ਜਿਸ ਤਰ੍ਹਾਂ ਇੰਟੈਰੋਗੇਸ਼ਨ ਹੋਏਗੀ ਔਰ ਫਰਦਰ ਰਿਕਵਰੀ ਦੀ। ਸਰ ਕਿੱਥੋਂ ਲਿਆਉਂਦੇ ਸੀ, ਕਿੱਥੇ ਭੇਜਦੇ, ਸਪਲਾਈ ਕਿੱਥੇ ਕਰਦੇ? ਦਿਸ ਇਜ਼ ਅ ਮੈਟਰ ਆਫ ਆਰ ਇਨਵੈਸਟੀਗੇਸ਼ਨ, ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ, ਉਹ ਫਿਰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਫਰਦਰ ਪਤਾ ਲੱਗੇਗਾ ਉਹ ਲੋਕ ਨੋਮੀਨੇਟ ਕਰਕੇ ਉਹਨਾਂ ਕੋਲ ਰਿਕਵਰੀ ਕਰਨ। ਜਿਹੜਾ ਇਹਨਾਂ ਕੋਲ ਕੈਸ਼ ਬਰਾਮਦ ਹੋਇਆ 5,00,000 ਰੁਪਈਆ, ਕਿੱਥੋਂ ਹੋਇਆ, ਕਿੱਥੋਂ ਬਰਾਮਦ ਲਿਆ? ਡਰੱਗਸ ਦੇ ਧੰਦੇ ਵਿੱਚ ਇਨਵੋਲਵ ਨੇ ਕਾਫੀ ਲੰਬੇ ਸਿਰ ਤੋਂ, ਇਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਆ ਔਰ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਰਚੇ ਦਰਜ ਆ ਔਰ ਇਹ ਡਰੱਗ ਮਨੀ ਇਹਨਾਂ ਨੇ ਨਸ਼ੇ ਦਾ ਧੰਦਾ ਕਰਕੇ ਹੀ ਜਿਹੜੀ ਇਹ ਡਰੱਗ ਮਨੀ ਬਣਾਈ ਸੀਗੀ ਅਤੇ ਉਹ ਅਸੀਂ ਰਿਕਵਰ ਕੀਤੀ। ਇਹਨਾਂ ਨੂੰ ਕਾਬੂ ਕਿਹੜੀ ਕਿਹੜੀ ਜਗ੍ਹਾ ਤੋਂ ਕੀਤਾ? ਜਿਹੜੀ ਇਹ ਗੰਨਾ ਪਿੰਡ ਵਾਲੇ ਅਲੱਗ ਅਲੱਗ ਇਹਨਾਂ ਦੀ, ਕਿਉਂਕਿ 3 ਇਹ 'ਚ FIR ਦਰਜ ਕੀਤੀ ਆ ਔਰ 3 ਵੱਖ ਵੱਖ ਪਲੇਸ ਆਫ ਅਕਰੈਂਸ ਹੈ ਜੀ।